ਲੋ ਜੀ ਦੋਸਤੋ ਦੇਖੋ ਹਾਰਵੈਸਟਰ ਦੇ ਨਾਲ ਰਾਏ ਦੀ ਕਟਾਈ ਹੋ ਰਹੀ ਆ ਇਸ ਦਫਾ ਬਾਰਿਸ਼ਾਂ ਦੀ ਵਜ੍ਹਾ ਤੋਂ ਰਾਏ ਦੀ ਫਸਲ ਜਿਹੜੀ ਆ ਉਹ ਕਟਾਈ ਦੇ ਮਰਹਲੇ ਤੱਕ ਚਲੀ ਗਈ ਲੇਕਿਨ ਕਾਫੀ ਮੁਸ਼ਕਲ ਸੂਰਤ ਹਾਲ ਸੀਗੀ ਅਤੇ ਇਸਦਾ ਬੈਸਟ ਹੱਲ ਇਹੀ ਹੈਗਾ ਕਿ ਹੁਣ ਇਹਦਾ ਮਸ਼ੀਨੀ ਜਿਹੜਾ ਹੈਗਾ ਕਟਾਈ ਕੀਤੀ ਜਾਵੇ ਤਾਂ ਕਿ ਰਾਇਆ ਜਿਹੜਾ ਉਹ ਗਿਰੇ ਨਹੀਂ ਜ਼ਾਇਆ ਨਹੀਂ ਹੋਏ ਅਤੇ ਪੈਦਾਵਾਰ ਜਿਹੜੀ ਅੱਛੀ ਤੋਂ ਅੱਛੀ ਹਾਸਲ ਕੀਤੀ ਜਾ ਸਕੇ ਕਿਆ ਬਾਤ ਹੈ ਜ਼ਬਰਦਸਤ ਲੈ ਜੀ ਅਸਲਾਮ ਵਾਲੇਕਮ ਵਿਊਅਰਜ਼ ਤੁਸੀਂ ਕਿਸਾਨ ਨਿਊਜ਼ ਦੇ ਵਿੱਚ ਅੱਜ ਦੇਖ ਰਹੇ ਹੋ ਕਿ ਰਾਏ ਦੀ ਕਟਾਈ ਮਸ਼ੀਨੀ ਤਰੀਕੇ ਦੇ ਨਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੇਖੋ ਜੀ ਸਾਹਮਣੇ ਸਾਡੇ ਫਾਰਮ ਹਾਊਸ 'ਤੇ ਅੱਜ ਰਾਏ ਦੀ ਕਟਾਈ ਹੋ ਰਹੀ ਆ ਹਾਰਵੈਸਟ ਦੇ ਜ਼ਰੀਏ ਬਾਰਿਸ਼ਾਂ ਦੀ ਵਜ੍ਹਾ ਤੋਂ ਇਸ ਦਫ਼ਾ ਕਾਫੀ ਸੂਰਤ ਹਾਲ ਖਰਾਬ ਰਹੀ ਆ ਅਤੇ ਅਗਰ ਉਸ ਟਾਈਮ ਬਾਰਿਸ਼ਾਂ ਦੇ ਵਿੱਚ ਕਟਾਈ ਕਰਦੇ ਤਾਂ ਰਾਏ ਦੀ ਫਸਲ ਜ਼ਾਇਆ ਹੋਣ ਦੇ ਚਾਂਸ ਜ਼ਿਆਦਾ ਸੀ ਇਸ ਤੋਂ ਅਸੀਂ ਫਿਰ ਥੋੜ੍ਹਾ ਇੰਤਜ਼ਾਰ ਕੀਤਾ ਅਤੇ ਹੁਣ ਇਸ ਦੀ ਕਟਾਈ ਸ਼ੁਰੂ ਕੀਤੀ ਹੈਗੀ ਆ ਅਤੇ ਇਹ ਦੇਖੋ ਜੀ ਇਹ ਤਰੀਕਾਕਾਰ ਜਿਹੜਾ ਹੈਗਾ ਇਸ ਦੇ ਨਾਲ ਪੈਦਾਵਾਰ ਵੀ ਅੱਛੀ ਆਏਗੀ ਅਤੇ ਰਾਇਆ ਜਿਹੜਾ ਉਹ ਗਿਰੇਗਾ ਵੀ ਨਹੀਂ ਜ਼ਾਇਆ ਵੀ ਨਹੀਂ ਹੋਏਗਾ ਕਮ ਸੇ ਕਮ ਜੋ ਹੈ ਉਹ ਨੁਕਸਾਨ ਹੋਗਾ ਇਸ ਤਰ੍ਹਾਂ